ਦੋਸਤੋ ਗੱਲ ਕਰਾਂਗੇ ਫਿਲਮ ਦੀ ਕੇਰਲ ਸਟੋਰੀ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਵਿਪਲ ਅਮਰਤ ਲਾਲ ਦੀ ਫਿਲਮ ਦੀ ਕੇਰਲ ਸਟੋਰੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਇਹ ਫਿਲਮ ਕੇਰਲ ਦੇ ਵਿੱਚ 32000 ਔਰਤਾਂ ਦੇ ਅਚਾਨਕ ਲਾਪਤਾ ਹੋ ਜਾਣ ਦੀ ਕਹਾਣੀ ਹੈ ਜਿੱਥੇ ਇੱਕ ਕਾਤੰਕਵਾਦੀ ਸੰਗਠਨ ਇਹਨਾਂ ਔਰਤਾਂ ਦਾ ਮਾਈਂਡ ਵਾਸ਼ ਕਰਦਾ ਹੈ ਤੇ ਉਹਨਾਂ ਨੂੰ ਭਾਰਤ ਦੇ ਵਿੱਚ ਵੱਖ-ਵੱਖ ਕਾਤੰਕਵਾਦੀ ਮਿਸ਼ਨਾਂ ਨੂੰ ਅੰਜਾਮ ਦੇਣ ਦੇ ਲਈ ਭੇਜਦਾ ਹੈ ਤੇ ਉਹਨਾਂ ਨੂੰ ਇਹਨਾਂ ਕੰਮਾਂ ਦੀ ਸਿੱਖਲਾਈ ਵੀ ਦਿੰਦਾ ਹੈ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਅਦਾਕਾਰ ਆਦਾ ਸ਼ਰਮਾ ਨੇ ਫਿਲਮ ਦਾ ਟ੍ਰੇਲ ਹਜ਼ਾਰਾਂ ਮਾਸੂਮ ਲੜਕੀਆਂ ਦੇ ਨਾਲ ਹੋ ਰਹੀ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਹੈ ਕੈਪਸ਼ਨ ਦੇ ਵਿੱਚ ਲਿਖਿਆ ਕਿ ਕੇਰਲ ਦੇ ਵਿੱਚ ਹਜ਼ਾਰਾਂ ਮਾਸੂਮ ਲੜਕੀਆਂ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਹੈ ਉਹਨਾਂ ਦਾ ਮਾਈਂਡ ਵਾਸ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਜੀਵਨ ਨੂੰ ਤਬਾਹ ਕੀਤਾ ਜਾ ਰਿਹਾ ਹੈ ਇਹ ਫਿਲਮ ਪੂਰੀ ਦੀ ਪੂਰੀ ਉਹਨਾਂ ਲੜਕੀਆਂ ਦੀ ਕਹਾਣੀ ਹੈ ਜੋ ਕਿ ਪੂਰੀ ਤਰੀਕੇ ਦੇ ਨਾਲ 5 ਮਈ ਨੂੰ ਰਿਲੀਜ਼ ਹੋਵੇਗੀ ਫਿਲਹਾਲ ਇਸ ਦਾ ਟ੍ਰੇਲਰ ਜੋ ਹੈ ਰਿਲੀਜ਼ ਹੋ ਚੁੱਕਿਆ ਹੈ ਤੇ ਦਰਸ਼ਕਾਂ ਦੇ ਵੱਲੋਂ ਇਸ ਟ੍ਰੇਲਰ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਇਸ ਫਿਲਮ ਦਾ ਜੋ ਟੀਜ਼ਰ ਸੀ ਉਹ 5 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ ਤੇ ਹੁਣ ਇਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਤੇ 5 ਮਈ ਨੂੰ ਇਹ ਫਿਲਮ ਵੱਡੇ ਪਰਦੇ ਤੇ ਰਿਲੀਜ਼ ਹੋ ਜਾਵੇਗੀ ਇਸ ਫਿਲਮ ਦੇ ਵਿੱਚ ਅਦਾ ਸ਼ਰਮਾ ਤੋਂ ਇਲਾਵਾ yogita behani sonia balani ate siddhi idnani ਵੀ ਨਜ਼ਰ ਆਉਣਗੇ ਨਿਰਮਾਤਾ ਵਿਪਲ ਸ਼ਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਫਿਲਮ ਕਾਫੀ ਜ਼ਿਆਦਾ ਰਿਸਰਚ ਤੋਂ ਬਾਅਦ ਬਣਾਈ ਗਈ ਹੈ ਕਾਫੀ ਕਟਨਾਵਾਂ ਤੇ ਸਰਚ ਕੀਤੀ ਜਾਂਦੀ ਹੈ ਇਹ ਇੱਕ ਅਜੀਹੀ ਕਹਾਣੀ ਹੈ ਜਿਸ ਨੂੰ ਦੱਸਣ ਦੀ ਹਿੰਮਤ ਇਸ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਕੀਤੀ ਸੀ ਤੇ ਇੱਕ ਸੱਚੀ ਕਹਾਣੀ ਤੇ ਇਸ ਫਿਲਮ ਨੂੰ ਬਣਾਇਆ ਗਿਆ ਕੇਰਲ ਦੀ ਕਹਾਣੀ ਹੈ ਜਿੱਥੇ 32000 ਔਰਤਾਂ ਅਚਾਨਕ ਲਾਪਤਾ ਹੋ ਜਾਂਦੀਆਂ ਨੇ ਉਹਨਾਂ ਦਾ ਮਾਈਂਡ ਵਾਸ਼ ਕੀਤਾ ਗਿਆ ਤੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਹੈ ਇਹ ਫਿਲਮ 5 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਜਿਸ ਦਾ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ